ਕਾਰਗਿਲ ਦਾ ਯੁੱਧ ਸਭ ਨੂੰ ਯਾਦ ਹੈ। ਹਰ ਸਾਲ ਉਸ ਯੁੱਧ ਦੇ ਸ਼ਹੀਦਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਕੁਰਬਾਨੀ ਲਈ ਸਲਾਮ ਵੀ ਕੀਤਾ ਜਾਂਦਾ ਹੈ। ਪਰ ਇਸ ਸਭ ਦੇ ਵਿੱਚ ਅਸੀਂ ਉਹਨਾਂ ਜਵਾਨਾਂ ਨੂੰ ਭੁੱਲ ਜਾਂਦੇ ਹਾਂ ਜੋ ਉਸ ਲੜਾਈ ਵਿੱਚ ਜ਼ਖਮੀ ਹੋਏ ਸਨ ਅਤੇ ਅੱਜ ਗੁਮਨਾਮੀ ਦਾ ਜੀਵਨ ਜਿਉਣ 'ਤੇ ਮਜਬੂਰ ਹਨ। ਜੀ ਹਾਂ, ਅਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਜਵਾਨ ਦੀ ਕਹਾਣੀ ਦੱਸਣ ਵਾਲੇ ਹਾਂ। ਇੱਕ ਜੂਸ ਦੀ ਦੁਕਾਨ ਖੋਲ੍ਹ ਕੇ ਆਪਣਾ ਗੁਜ਼ਾਰਾ ਕਰ ਰਿਹਾ, ਦੇਸ਼ ਲਈ ਜਾਨ ਤੱਕ ਦੇਣ ਦਾ ਜਜ਼ਬਾ ਰੱਖਣ ਵਾਲੇ ਇਸ ਜਵਾਨ ਦੀ ਆਰਥਿਕ ਹਾਲਤ ਇੰਨੀ ਖਰਾਬ ਹੈ ਕਿ ਜੂਠੇ ਭਾਂਡੇ ਵੀ ਉਹਨਾਂ ਨੂੰ ਆਪ ਹੀ ਧੋਣੇ ਪੈ ਰਹੇ ਹਨ। ਇਹ ਹਨ ਕਾਰਗਿਲ ਯੁੱਧ ਦੇ ਵੀਰ ਯੋਧਾ ਸਤਵੀਰ ਸਿੰਘ, ਜਿਨ੍ਹਾਂ ਦੀ ਪੈਨਸ਼ਨ ਅਤੇ ਇਸ ਜੂਸ ਦੀ ਦੁਕਾਨ ਨਾਲ ਘਰ ਦਾ ਖਰਚ ਵੀ ਮੁਸ਼ਕਲ ਨਾਲ ਚੱਲਦਾ ਹੈ। ਕਾਰਗਿਲ ਦੀ ਲੜਾਈ ਦੇ ਦਿੱਲੀ ਤੋਂ ਇਕਲੌਤੇ ਜਾਬਾਜ਼ ਲੌਂਸ ਨਾਇਕ ਸਤਵੀਰ ਸਿੰਘ ਦਿੱਲੀ ਦੇ ਹੀ ਮਖਮੈਲਪੁਰ ਪਿੰਡ ਵਿੱਚ ਰਹਿੰਦੇ ਹਨ। ਗੋਲੀ ਖਾ ਕੇ ਸ਼ਹੀਦ ਹੋ ਜਾਣਾ ਬਹੁਤ ਫਖਰ ਦੀ ਗੱਲ ਹੈ, ਪਰ 19 ਸਾਲ ਪਹਿਲਾਂ ਪਾਕਿਸਤਾਨ ਦੀ ਇੱਕ ਗੋਲੀ ਅੱਜ ਤੱਕ ਉਹਨਾਂ ਦੇ ਪੈਰ ਵਿੱਚ ਫਸੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਅੱਜ ਵੀ ਉਹ ਚੱਲ ਫਿਰ ਨਹੀਂ ਸਕਦੇ। ਇਸ ਵੀਰ ਜਵਾਨ ਨੇ ਦੱਸਿਆ ਕਿ 13 ਸਾਲ 11 ਮਹੀਨੇ ਨੌਕਰੀ ਕੀਤੀ, ਮੈਡੀਕਲ ਗਰਾਊਂਡ ਉੱਤੇ ਅਨਫਿੱਟ ਕਰਾਰ ਦਿੱਤਾ ਗਿਆ, ਪੈਟਰੋਲ ਪੰਪ ਅਤੇ ਖੇਤੀ ਦੀ ਜ਼ਮੀਨ ਵੀ ਡਿਊਟੀ ਗਈ, ਪਰ ਬਾਅਦ ਵਿੱਚ ਇਹਨਾਂ ਤੋਂ ਉਹ ਖੋਹ ਲਏ ਗਏ। ਉਹ 13 ਜੂਨ 1999 ਦੀ ਸਵੇਰ ਸੀ ਜਦੋਂ ਉਹਨਾਂ ਨੂੰ ਇਹ ਗੋਲੀ ਲੱਗੀ। 17 ਘੰਟੇ ਉੱਥੇ ਹੀ ਪਹਾੜੀ ਉੱਤੇ ਜ਼ਖਮੀ ਪਏ ਰਹੇ, ਸਾਰਾ ਖੂਨ ਵਗ ਚੁੱਕਿਆ ਸੀ, ਪਰ ਫਿਰ ਵੀ ਇਹ ਯੋਧਾ ਕਾਰਗਿਲ ਦੀ ਲੜਾਈ ਜ਼ਰੂਰ ਜਿੱਤ ਕੇ ਹਟਿਆ। ਤੁਹਾਨੂੰ ਦੱਸ ਦਈਏ ਕਿ ਸਰਕਾਰੀ ਅੰਕੜਿਆਂ ਵਿੱਚ ਕਰੀਬ 527 ਦੇਸ਼ ਦੇ ਜਵਾਨ ਸ਼ਹੀਦ ਹੋਏ ਅਤੇ ਕਰੀਬ 1300 ਤੋਂ ਜ਼ਿਆਦਾ ਵੀਰ ਜ਼ਖਮੀ ਹੋਏ ਸਨ। ਭਾਰਤ ਦੀ ਫਤਿਹ ਦੇ ਨਾਲ 26 ਜੁਲਾਈ ਨੂੰ ਇਹ ਲੜਾਈ ਤਾਂ ਬੇਸ਼ੱਕ ਖਤਮ ਹੋ ਗਈ ਸੀ, ਪਰ ਇਹਨਾਂ ਵਿੱਚੋਂ ਕਈ ਵੀਰ ਜਵਾਨ ਆਪਣੇ ਹੱਕ ਲਈ ਅੱਜ ਵੀ ਲੜ ਰਹੇ ਹਨ ਅਤੇ ਸਿਸਟਮ ਨਾਲ ਲੜਦੇ ਲੜਦੇ ਕਈ ਹਾਰ ਵੀ ਜ਼ਰੂਰ ਗਏ ਹਨ। ਬਿਊਰੋ ਰਿਪੋਰਟ, ਸਪੋਕਸਮੈਨ TV।